ਲੋਕਸਭਾ ਚੋਣਾਂ ਹਾਰਨ ਤੋਂ ਬਾਅਦ ਨੀਟੂ ਸ਼ਟਰਾਂ ਵਾਲਾ ਇੱਕ ਅਜਿਹਾ ਨਾਮ ਹੈ ਜਿਹੜਾ ਕਿਸੇ ਵੀ ਤਰ੍ਹਾਂ ਦੀ ਪਹਿਚਾਣ ਦਾ ਮੁਹਤਾਜ ਨਹੀਂ ਰਹਿ ਗਿਆ। ਨੀਟੂ ਸ਼ਟਰਾਂ ਵਾਲਾ ਅੱਜ ਇੱਕ ਅਲੱਗ ਅੰਦਾਜ਼ ਦੇ ਵਿੱਚ ਦਿਖਾਈ ਦੇ ਰਹੇ ਨੇ, ਅੱਜ ਇੱਕ ਅਲੱਗ ਪਹਿਰਾਵੇ ਦੇ ਵਿੱਚ ਦਿਖਾਈ ਦੇ ਰਹੇ ਨੇ। ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਤੁਹਾਡੇ ਇੱਕ ਫੇਸਬੁੱਕ ਆਈਡੀ ਤੋਂ ਜਿਹੜੀ ਗੱਲ ਪਿਛਲੀ ਰਾਤ ਤੋਂ ਫੈਲੀ ਹੋਈ ਹੈ ਕਿ ਨੀਟੂ ਸ਼ਟਰਾਂ ਵਾਲਾ ਅਫਸਰਾਂ ਨੂੰ ਗਲਤ ਕਮੈਂਟ ਕਰ ਰਿਹਾ ਹੈ ਜਾਂ ਫਿਰ ਕੁੜੀਆਂ ਨੂੰ ਕਮੈਂਟ ਕੀਤੇ ਜਾ ਰਹੇ ਨੇ, ਮੈਸੇਜ ਜਾ ਰਹੇ ਨੇ, ਉਹ ਕੌਣ ਹੈ? ਉਹ ਮੈਡਮ ਪਤਾ ਨਹੀਂ ਕੌਣ ਹੈਗਾ, ਅਤੇ ਮੈਂ ਇਹ ਦੇਖਣਾ ਚਾਹੁੰਦਾ ਸੀ ਰਾਤੀ। ਮੈਨੂੰ ਕਾਫੀ ਦੇਰ ਤੋਂ ਮੈਨੂੰ ਵੀ ਪਰੇਸ਼ਾਨ ਕੀਤਾ, ਬੜੇ ਫੋਨ ਕੀਤੇ ਉਸ ਬੰਦੇ ਨੇ। ਉਹਨੂੰ ਮੈਂ ਕਿਹਾ ਭਰਾਵਾ ਤੂੰ ਕਿਉਂ ਪਰੇਸ਼ਾਨ ਕਰਦਾ ਪਿਆ ਮੈਨੂੰ? ਕਹਿੰਦਾ ਤੁਸੀਂ ਮੇਰੇ ਨਾਲ ਰਿਪੋਰਟ ਲਿਖਾ ਦਿਓ ਜਾ ਕੇ। ਮੈਂ ਕਿਹਾ ਜਿਹੜਾ ਬੰਦਾ ਇੰਨੀ ਗੱਲ ਆਪਣੇ ਮੂੰਹ ਤੋਂ ਕਹਿ ਰਿਹਾ ਵੀ ਉਹ ਠੀਕ ਆ। ਮੈਂ ਕਿਹਾ ਵੀ ਤੂੰ ਦੱਸ ਕੀ ਤੇਰਾ ਮੈਂ ਦੇਣਾ ਕੀ ਹੈਗਾ। ਜਦ ਮੈਂ ਕਾਫੀ ਦੇਰ ਤੱਕ ਗੱਲ ਕੀਤੀ ਉਹਦੇ ਨਾਲ, ਫਿਰ ਉਹ ਸਮਝਾਇਆ, ਮੈਂ ਕਿਹਾ ਪਲੀਜ਼ ਹੁਣ ਮੈਨੂੰ ਫੋਨ ਨਾ ਕਰ, ਤੂੰ ਜੋ ਮਰਜ਼ੀ ਕਰ। ਉਹ ਮੈਂ ਜਦ ਸਵੇਰੇ ਦੇਖੀ ਆਈਡੀ, ਮੈਨੂੰ ਦੋ ਤਿੰਨ ਬੰਦੇ ਨੇ ਆਈਡੀ ਦਿਖਾਈ, ਸਰ ਤੁਹਾਡੀ ਆਈਡੀ ਤੋਂ ਮੈਨੂੰ ਕਮੈਂਟ ਆਏ। ਮੈਂ ਕਿਹਾ ਜੀ ਇਹ ਆਈਡੀ ਮੇਰੀ ਨਹੀਂ ਹੈਗੀ, ਇਹ ਕੋਈ ਵੀ ਫੈਂਕ ਰਿਹਾ, ਔਰ ਜਿਹੜਾ ਵੀ ਫੈਂਕ ਰਿਹਾ ਮੈਂ ਉਹਨੂੰ ਕਮੈਂਟ ਮੈਂ ਦੱਸਿਆ, ਉਹਨੂੰ ਲਿਖ ਕੇ ਭੇਜਿਆ ਵੀ ਸਰ ਕਿ ਜਿਹੜੀ ਮੇਰੀ ਆਈਡੀ। ਫਿਰ ਮੈਂ ਲਾਈਵ ਹੋ ਕੇ ਦੱਸਿਆ ਮੇਰੀ ਆਈਡੀ ਆ ਗਏ, ਆਪਾਂ ਲੁਧਿਆਣੇ ਜਦੋਂ ਆਏ ਰਾਤੀ ਵੀ ਦੱਸਿਆ ਕਿ ਇਹ ਗਲਤ ਆਈਡੀ ਹੈਗੀ, ਇਹ 'ਤੇ ਕੋਈ ਭਰੋਸਾ ਨਾ ਕਰੇ ਜੀ। ਮੈਡਮ ਫੇਮਸ ਹੋਣਾ ਕਿਤੇ ਕੋਈ ਨੁਕਸਾਨ ਤਾਂ ਨਹੀਂ ਬਣ ਜਾਂਦਾ? ਮੈਡਮ ਐਕਚੁਅਲੀ ਮੇਰਾ ਤਾਂ ਕੋਈ, ਮੈਂ ਤਾਂ ਕੋਈ ਇੱਦਾਂ ਦਾ ਚੱਕਰ ਕੀਤਾ ਨਹੀਂ, ਠੀਕ ਹੈ ਜੀ। ਔਰ ਜੇ ਮੇਰੇ ਨਾਲ ਦੋ ਤਿੰਨ ਹਾਦਸੇ ਮੇਰੇ ਨਾਲ ਇੱਦਾਂ ਦੇ ਹੋ ਚੁੱਕੇ ਆ ਕਿ ਮੈਂ ਯਾਦ ਨਹੀਂ ਕਰਨਾ ਚਾਹੁੰਦਾ ਮੈਡਮ। ਜੇ ਕੋਈ ਇੱਦਾਂ ਦਾ ਫੇਮਸ ਹੋਣਾ ਹੁੰਦਾ ਤਾਂ ਮੈਂ ਇੱਦਾਂ ਦੇ, ਮੈਂ ਨਹੀਂ ਕਰਨਾ, ਮੈਂ ਇੱਦਾਂ ਦਾ ਕੋਈ ਚੱਕਰ ਨਹੀਂ ਮੇਰਾ। ਮੈਂ ਤਾਂ ਇਹ ਸੋਚਿਆ ਸੀ ਮੈਂ ਹਾਰ ਗਿਆ ਅਤੇ ਜਿਹੜੇ ਮੇਰੇ ਕੋਲ ਪੈਸੇ ਸੀ ਉਹ ਵੀ ਮੇਰੇ ਲੱਗ ਗਏ। ਮੈਂ ਆਪਣੇ ਘਰ ਜਾ ਕੇ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਰੋਂਦਾ ਰਿਹਾ। ਮੇਰੇ ਕੋਲ ਫਿਰ ਕੋਈ ਮੇਰੇ ਸਾਰੇ ਮੀਡੀਆ ਵਾਲੇ ਸੀਗੇ, ਜਦੋਂ ਉੱਥੇ ਕਾਊਂਟਿੰਗ ਖਤਮ ਹੋਈ ਉਹਨਾਂ ਨੇ ਚੌਧਰੀ ਸੰਤੋਖ ਸਿੰਘ ਜੋ ਘੋਸ਼ਿਤ ਕਰਤਾ ਵੀ ਜਿੱਤ ਗਏ। ਅਤੇ ਉਦੋਂ ਮੇਰੇ ਘਰ ਇੱਕ ਬੰਦਾ ਮੈਨੂੰ ਲੈਣ, ਉਹ ਲੈਣ ਵਾਸਤੇ ਆਏ, 2-4 ਬੰਦੇ ਆ ਰਹੇ ਲੈਣ ਵਾਸਤੇ, ਦੱਸਣ ਵਾਲੇ ਵੀ ਬਾਹਰ ਨਿਕਲ ਇੱਦਾਂ ਲੈ ਕੇ ਜਾਣਾ। ਜਦੋਂ ਮੈਂ ਉੱਥੇ ਗਿਆ ਅਤੇ ਜਾ ਕੇ ਦੇਖਿਆ ਵੀ ਉੱਥੇ ਸਾਰੇ ਮੀਡੀਆ ਵਾਲੇ ਸੀ, ਪੂਰੇ ਮੀਡੀਆ ਦਾ ਗਰੁੱਪ ਸੀਗਾ ਜੀ ਉੱਥੇ, ਜਲੰਧਰ ਸ਼ਹਿਰ ਦਾ ਜਿੰਨਾ ਮੀਡੀਆ ਸੀ ਨਾ ਸਾਰਾ ਇਕੱਠਾ ਆਇਆ। ਉਹ ਕਹਿੰਦੇ ਵੀ ਤੇਰੇ ਟਿਕਟੋਕ 'ਤੇ ਲਾਈਕ ਬੜੇ ਆਏ ਨੇ, ਤੇਰੇ ਕਮੈਂਟ ਬੜੇ ਆਏ, ਤੇਰਾ ਇਹ। ਮੈਂ ਸੋਚਣਾ ਖੁਰੇ ਮਜ਼ਾਕ ਕਰ ਰਹੇ ਮੇਰੇ ਖੁਰੇ, ਮੈਂ ਫਿਰ ਨਹੀਂ ਇੰਨੀ ਗੱਲ। ਉਹਨੇ ਕਿਹਾ ਨਹੀਂ ਵੀ ਤੂੰ ਫਿਰ ਇੱਕ ਵਾਰੀ ਆਪਾਂ ਤੇਰੇ ਇੰਟਰਵਿਊ ਲੈਣ ਚੱਲੇ। ਚੱਲ ਇੰਟਰਵਿਊ ਦੇ ਦੇ, ਕੋਈ ਗੱਲ ਨਹੀਂ। ਬਾਕੀ ਜਦੋਂ ਇੰਟਰਵਿਊ ਲਈ ਸਾਰਾ ਕੁਝ ਲਿਆ, ਫਿਰ ਉਹਨਾਂ ਨੇ ਦੱਸਿਆ ਵੀ ਲੋਕਾਂ ਨੇ ਵੀ ਤੇਰੇ ਨੂੰ ਲੋਕ ਪਸੰਦ ਕਰਦੇ ਆ, ਔਰ ਲੋਕਾਂ ਨੇ ਵੋਟਾਂ ਗਲਤ ਜਗ੍ਹਾ ਪਾਤੀ, ਚਲੋ ਕੋਹ ਤਾਂ ਕੋਈ ਨਹੀਂ, ਲੇਕਿਨ ਤੂੰ ਦੁਬਾਰਾ ਫਿਰ ਲੜਨ ਦੀ ਸੋਚ, ਇੱਕ ਵਾਰੀ ਦੁਬਾਰਾ ਤਿਆਰੀ ਕਰੋ 5 ਸਾਲ ਤੱਕ, ਅਤੇ ਲੋਕ ਤੁਹਾਨੂੰ ਵੋਟਾਂ ਪਾਉਣਗੇ ਜੀ। ਜਿੱਥੇ ਪੋਲੀਟਿਕਸ ਵਿੱਚ ਐਂਟਰੀ ਲੈਣ ਬਾਰੇ ਸੋਚਿਆ ਸੀ, ਹੁਣ ਮਾਡਲਿੰਗ ਦੇ ਵਿੱਚ ਵੀ ਪੈਰ ਧਰ ਚੁੱਕੇ ਹੋ, ਜਿਹੜਾ ਪਹਿਰਾਵਾ ਹੈ ਜਿਹੜਾ ਇਹ ਪੋਲੀਟਿਕਸ ਤੋਂ ਹਟ ਕੇ ਕੁਝ ਹੋਰ ਹੀ ਬਿਆਨ ਕਰ ਰਿਹਾ, ਇਸ ਬਾਰੇ ਕੀ ਕਹਿਣਾ? ਮੈਡਮ ਐਕਚੁਅਲੀ ਮੈਂ ਦੇਖੋ ਜੀ, ਮੈਂ ਸੇਵਾ ਕਰਨਾ ਚਾਹੁੰਦਾ, ਮੈਂ ਪੋਲੀਟਿਕਸ ਵਿੱਚ ਨਹੀਂ ਵੀ, ਮੈਂ ਪੋਲੀਟਿਕਸ ਤਾਂ ਖੁਸ਼ ਹਾਂ ਕਿ ਜਿਹੜੀ ਗਰੀਬ ਬੰਦੇ ਦੀ ਆਵਾਜ਼ ਹੈ ਨਾ ਥੋੜ੍ਹੀ ਉੱਪਰ ਤੱਕ ਆਵੇ, ਕਿਉਂਕਿ ਜਿਹੜਾ ਨਾ ਇੱਕ ਆਪਣੇ ਹਿੰਦੁਸਤਾਨ ਦੇ ਵਿੱਚ ਚੱਲ ਪਿਆ ਰੇਪ ਦਾ, ਇਹ ਮੈਂ ਬੰਦ ਕਰਾਉਣਾ ਚਾਹੁੰਦਾ ਜੀ। ਔਰ ਇੱਕ ਇਹ ਆ ਕਿ ਜਿਹੜਾ 65 ਸਾਲ ਤੋਂ ਬਾਅਦ ਜਿਹੜੀ ਪੈਨਸ਼ਨ ਲੱਗਦੀ ਆ, 45 ਸਾਲ ਦੇ ਵਿੱਚ ਪੈਨਸ਼ਨ ਹੋਣੀ ਚਾਹੀਦੀ ਆ, ਕਿਉਂਕਿ 50 ਸਾਲ ਤੋਂ ਵੱਧ ਬੰਦੇ ਜ਼ਿੰਦਗੀ ਨੇ ਹੈਗੀ, ਕਮ ਸੇ ਕਮ ਉਹ ਲੈ ਕੇ ਇੱਕ ਪੈਂਟ ਕੋਟ ਤਾਂ ਪਾ ਲਏ ਵਿਆਹ ਸ਼ਾਦੀ 'ਚ, ਠੀਕ ਹੈ ਜੀ। ਔਰ ਮੈਂ ਇਹ ਚਾਹੁੰਦਾ ਕਿ ਇੱਕ ਬੰਦਾ ਜਿੱਦਾਂ ਵਿਧਵਾ ਕੋਈ, ਉਹਦੀ 5000 ਰੁਪਏ ਪੈਨਸ਼ਨ ਲੱਗ ਜੇ, ਔਰ ਜਿਹੜਾ ਵੀ ਮਤਲਬ ਬਜ਼ੁਰਗ ਆ ਉਹਦੀ 5000 ਪੈਨਸ਼ਨ ਲੱਗ ਜੇ। ਮੇਰੀਆਂ ਮੰਗਾਂ ਛੋਟੀਆਂ ਛੋਟੀਆਂ ਮੰਗਾਂ, ਮੇਰੀ ਕੋਈ ਬਹੁਤੀ ਵੱਡੀ ਮੰਗ ਨਹੀਂ ਹੈਗੀ, ਮੈਂ ਕੋਈ ਅਹੁਦੇਦਾਰ ਨਹੀਂ ਕਰਦਾ, ਮੈਂ ਮੋਦੀ ਸਰਕਾਰ ਤੱਕ ਅਹੁਦੇਦਾਰੀ ਨਹੀਂ ਕਰ ਰਿਹਾ, ਮੈਂ ਉਹਨਾਂ ਉਹ ਤਾਂ ਬਹੁਤ ਵੱਡੇ ਮਹਾਨ ਹਸਤੀ ਨੇ, ਮੈਂ ਤਾਂ ਉਹਨਾਂ ਬਾਕੀ ਕੁਛ ਵੀ ਨਹੀਂ ਕਰ, ਪਰ ਮੈਂ ਛੋਟੀਆਂ ਛੋਟੀਆਂ ਮੇਰੀ ਮੰਗਾਂ ਵਾਂ, ਮੈਂ ਕਿ ਬਲਕਿ ਆਪਣਾ ਅਹੁਦਾ ਨਹੀਂ ਕੋ ਲੈਣਾ, ਮੈਂ ਇੱਥੇ ਜ਼ਮੀਨ 'ਤੇ ਹੀ ਹਾਂ, ਜ਼ਮੀਨ 'ਤੇ ਪਲਿਆ, ਜ਼ਮੀਨ 'ਤੇ ਰਹਿਣਾ ਚਾਹੁੰਦਾ। ਤੁਸੀਂ ਲਾਈਮਲਾਈਟਸ ਵਿੱਚ ਇੰਨਾ ਜ਼ਿਆਦਾ ਆ ਚੁੱਕੇ ਹੋ, ਸਟਾਰਸ ਤੁਹਾਨੂੰ ਅਪਰੋਚ ਕਰ ਰਹੇ ਨੇ, ਹੁਣ ਤੁਸੀਂ ਕਹਿ ਰਹੇ ਹੋ ਕਿ ਬੱਬੂ ਮਾਨ ਨੇ ਮੈਨੂੰ ਅਪਰੋਚ ਕੀਤਾ ਜੀ, ਉਹਨਾਂ ਨੇ ਕਿਹਾ ਵੀ ਮੈਨੂੰ ਆ ਕੇ ਮਿਲੇ, ਫਿਰ ਮੈਂ ਆਪਣਾ ਨੰਬਰ ਭੇਜਿਆ ਜੀ ਉਹਨਾਂ ਨੂੰ, ਹੁਣ ਮੇਰਾ ਨੰਬਰ ਆ, ਸ਼ਾਇਦ ਕੱਲ੍ਹ ਤੱਕ ਮੈਨੂੰ ਉਹ ਬੁਲਾਉਣ। ਕੱਲ੍ਹ ਉਮੀਦ ਹੈ, ਕਿਉਂ ਬੁਲਾਇਆ? ਪਤਾ ਨਹੀਂ ਜੀ, ਮੈਨੂੰ ਇਹ ਤਾਂ ਨਹੀਂ ਪਤਾ, ਲੇਕਿਨ ਹੁਣ ਦੇਖੋ ਕੀ ਹੁੰਦਾ, ਜਿਹੜਾ ਵੀ ਮੈਨੂੰ ਮਿਲ ਰਿਹਾ ਉਹ ਇਹੀ ਕਹਿ ਰਿਹਾ ਵੀ ਤੂੰ ਮੇਰੇ ਵੱਲ ਆ ਜਾ। ਉਹ ਮੈਂ ਗੀਤ ਕੱਢ ਰਹੇ ਹਾਂ, ਤੁਸੀਂ ਹੋ ਸਕਦਾ ਉਹ ਗੀਤਕਾਰ ਵੀ ਨੇ, ਗਾਇਕ ਵੀ ਨੇ। ਮੈਨੂੰ ਮੈਡਮ ਟਿਕਟੋਕ ਵਾਲਿਆਂ ਦਾ ਮੈਂ ਬਹੁਤ ਧੰਨਵਾਦ ਆ, ਔਰ ਫੇਸਬੁੱਕ ਔਰ ਵਟਸਐਪ ਚਲਾਉਣ ਵਾਲਿਆਂ ਨੇ ਮੈਨੂੰ ਬਹੁਤ ਹਿੱਟ ਕਰ ਦਿੱਤਾ। ਔਰ ਜਿਹੜੀ ਵਡੀੜ ਆ ਨਾ, ਜਿੱਥੇ ਦੇਖਦੀ ਮੈਨੂੰ ਵਡੀੜ, ਔਰ ਪੰਜਾ ਜਿਹੜੇ ਕਹਿੰਦੇ ਪੰਜਾਬੀ ਜੇ ਹੁੰਗਾਰਾ ਦਿੰਦੇ, ਉਹ ਇੰਨੇ ਉੱਚੀ ਚੀਕਾਂ ਮਾਰਦੇ, ਇੰਨੇ 'ਚ ਰੌਲਾ ਪਾਉਂਦੇ ਨਾ, ਜਦੋਂ ਉਹ ਸਾਰੇ ਲੋਕ ਨਾਲ ਦੇ ਵੀ ਉੱਠ ਕੇ ਬਾਹਰ ਆਏ ਸੀ, ਇੱਥੇ ਹੀ ਹੋ ਗਿਆ, ਕਹਿੰਦੇ ਕੌਣ ਆਇਆ ਜੀ, ਕਹਿੰਦੇ ਨੀਟੂ ਸ਼ਟਰਾਂ ਵਾਲਾ ਆ ਗਿਆ ਜੀ। ਉਹ ਕਹਿੰਦੇ ਯਾਰ ਤੂੰ ਹੁਣੀ ਤੋਂ ਨਹੀਂ ਇਹ ਕੰਮ ਕਰਦਾ, ਅਤੇ ਬਾਅਦ 'ਚ ਕੀ ਕਰੇ। ਐਕਚੁਅਲੀ ਲੋਕ ਦੇਖ ਚਿਹਰਾ ਇੱਦਾਂ ਦਾ ਮੰਗਦੇ ਸੀਗੇ ਕਿ ਜਿਹੜਾ ਨਵਾਂ ਹੋਵੇ, ਔਰ ਨਵਾਂ ਚਿਹਰਾ ਸ਼ਾਇਦ ਉਹਨਾਂ ਨੂੰ ਕੋਈ ਦੇਖ ਗਿਆ। ਅਤੇ ਹੁਣ ਵੀ ਫਗਵਾੜੇ ਆਪਾਂ ਗਏ ਸੀਗੇ, ਕਾਫੀ ਹੁੰਗਾਰਾ ਮਿਲਿਆ, ਬਹੁਤ ਬੰਦੇ ਸੀਗੇ, ਉੱਥੋਂ ਨਿਕਲਣਾ ਮੁਸ਼ਕਲ ਸੀਗਾ ਜੀ। ਜਲੰਧਰ ਸ਼ਹਿਰ ਦੇ ਵਸਨੀਕ ਉੱਪਰ ਜਿਹੜਾ ਪਿਆਰ ਲੁਧਿਆਣਾ ਸ਼ਹਿਰ ਤੋਂ ਮਿਲਿਆ, ਜਿਹੜੀ ਸਪੋਰਟ ਇਸ ਵੇਲੇ ਤੁਹਾਨੂੰ ਮਿਲੀ ਹੈ, ਇਸ ਬਾਰੇ ਕੀ ਕਹਿਣਾ? ਦੇਖੋ ਜੀ, ਪਾਰਸ ਡਿਜ਼ਾਈਨਿੰਗ ਵਾਲਿਆਂ ਨੇ ਬਹੁਤ ਮੇਰੇ ਲਈ ਲੱਕੀ ਹੈ, ਔਰ ਮੈਂ ਇਹ ਮੌਕਾ ਖੋਣਾ ਨਹੀਂ ਚਾਹੁੰਦਾ। ਮੈਂ ਇਹਨਾਂ ਦੇ ਵਾਸਤੇ
मैं तो कहना कि इन्ने व्यस्त हो जाए तो साढ़े सानू भी इन्हों को टाइम लेना पवे। असी इन्हों ऊंचाइया तो देखना चाहते हैं, साडा अपना कोई मकसद नहीं, साडा यह मकसद आ कि एक आम इंसान उस जगह पर पहुँचे, उस मंदिर पर पहुँचे जिथे सारे पहुँच सकते हैं। मैं नीटू जी वास्ते हमेशा दुआवां करांगा, मैं उन्होंने माँ चिंतपुर्णी अगे भी बेनती करदा कि नीटू जी की मुराद जल्दी पूरी होवे। वर्ल्ड कप शुरू हो चुका है, तुसी एक बैट पकड़िया होया है जिदे ते तुहाडा ऑटोग्राफ, ए जिहड़ी शुरुआत सी सचिन तेंदुलकर, कपिल देव या MS धोनी वालों की गई सी बैट से ऑटोग्राफ देने की, तो हुण तुसी आ चीज़ शुरू कर दी, इस दे पिछे की? मैं कह रहा कि जिहड़ा वर्ल्ड कप लगना लगेगा वो मेरे हिंदुस्तान च आवे और जांदे छक्के चौके छक्के वजन और जित के आन, मैनूं बहुत खुशी होगी कि मैं सोचूंगा कि मेरा बैट निशान जिहड़ा बहुत लक्की है जी। हजे मैडम कुछ नहीं सोचा इस बारे, हजे चल रही जिदा जिदा कोई बुलाई जाता जाई जाने, कोई देव कोई मंदिर बना, कोई गिरजाघर बना, कोई कितने बुला रहा, कोई सेल्फियां दा दौर जारी है। सारे पासे मैं जा रहा, सवेरे तो मैं इदा ही चप्पल पा के चल के कहते इदा कि मैं जी आप सिंपल बंदे, वो कहते वाकई और उत्थे जनता बहुत सी पर मैं हुंगारा दित्ता, हुण देख के सिंपल लग नहीं तो हुण देख के उन्होंने डर जाना है, उन्होंने ये कहना कि हुण की बन गया। चलो एक्चुअली आप मंदिर गुरुद्वारे गिरजाघर और मस्जिद आप इन्हों पहले पहल दें साढ़े परमात्मा, उस तो बाद व्हाट्सएप हो गया, फेसबुक हो गया, टिकटॉक हो गया, इन्हों पहल दें जी आप, क्योंकि पैसे भावें जेब च हो फोन जरूर चाहिए सानू। सेल्फियां दा दौर खत्म हो गया कि नहीं? नहीं जी, बहुत सवेरे 4 बजे आ जाते अजकल घर, तो घर दे परेशान हो कहते 4 बजे कुंडा उठ के खोल तू, तो मैं ही जाना जी फिर माड़ा नहा नू के फिर मैं सेल्फियां खिंचा लग पैंना, यानी कि 9:30 तक सेल्फियां का कम चलता रहता है। अच्छा, हूँ ये टाइम पक्का हो चुका है सवेरे 4 to 9:30 तक सेल्फियां खिंचवाना जी, सवेरे 4 बजे, क्योंकि मैं सवेरे तड़के उठ के हूँ, मैं अजकल पहले मैं 8 बजे उठता है, हूँ मैं जल्दी उठ के सैर कर ला अपना माड़ी मोटी, तो बाहर लोग पब्लिक फिगर बनते जा रहे हो थोड़ा फिजीक वाल भी जी, मैं अगले इलेक्शन जितना चाहना जी, मैं गवाना नहीं चाहता, अगर मैं गवा के रो पाया हूँ हसना चाहना थोड़ा जहाँ, रो के बड़ा फेमस भी हो मैंने, मैंने पता नहीं सका कि रो के मैं फेमस हो सका, मैं तो अपना ये सोचा कि मेरे को जो पैसे है मैं तो भी दात ला बैठा, एक हिसाब का जुआ खेड के अपने घर जा रहा, मैं मैनू नहीं पता कि मैं इदा हो जाऊंगा, मैं सोचा कि हूँ घरों भी गाला पाऊंगियाँ, मेरे घर के कहते ना लड़ो इलैक्शन, जिहड़े सारे परिवार से मेरे परिवारक मैंबर का यह कहना सगा कि ये इलैक्शन तेरे को तेरे वस नहीं है लड़ने, तू मेहनत नहीं कर सकता, मैं क्या जी मैं दिन रात मेहनत, मैं दिन रात बड़ी मेहनत की, जिहड़े बंदे ने रात को 12 बजे बुलाना 12 बजे तो घर चल जाना, हाँ जी दसो जी मैनू, उन्होंने देखा भी कोई पार्टी लेट हो गई तो उन्होंने मैनू पहले साथ लेना, उस तो मेरे तो बाद किसी होर पार्टी साथ, क्योंकि आप फ्री सके, वो पार्टियां टाइम लगता जी वड्डियां पार्टियां, जे मान लो किसी पार्टी को टाइम 2 घंटे लेट है, हूँ 2 घंटे जाता तो बैठी नहीं रहनी, उन्होंने कहना चलो इदा करो यार दिल लाने वास्ते नीटू साथ लो, जो तो मैंने साथ देना अद्धिया वोटा मैं उत्थों खिंच लैनिया, तो मैं सोचता चलो इन्होंने अद्धे बंदे पाओगे, पर हारन तो बाद अगले पड़ा तो जितना सौखा हो जाएगा? नहीं मैडम अगली बार तो चलो मैं ये नहीं कसम खा सके जितांगे, पर जितांगे या थोड़ी बोलनी जरूर जितांगे, क्योंकि जनता को पता लग चुका कि सेवादार सामने बैठा वा, तो सेवा का मौका भी इन्हें देना। अच्छा नीटू जी, जी फेक ID बनी है वो बारे थोड़ी जानकारी दस दो लोगों को अवेयर। मैडम मैं कहना चाहना जी फेक ID बनी है वो गलत बनी है, मैं वो उत्ते शटर के उत्ते हाथ रखा जी, वो गलत ID हैगी है और गलत ID सही ID है। मैडम रात 2-3 बजे तक कमेंट मारते रहे लोग, गलत ID तो मैसेज जा रहे हैं जिन्हें लोगों को मैसेज गए हैं उन्होंने भी, कोई साजिश है जी, कोई बहुत वड्डी साजिश है मैंने बदनाम करने की, मैंने पर लेकिन कोई फर्क नहीं पैंदा क्योंकि मैं अपना काम कर रहा, मैं कोई बदलाव नहीं लैंदा जनता, मैं जनता के रह के काम कर रहा, जनता सारे लोग कहते भी नहीं ये सही है बंदा। धन्यवाद गलबात करन दे लई, तां लुधियाना शहर दे विच एक बार फिर तो नीटू शटरां वाला पारस डिजाइनर हब दे विच आए ने, इन्हां वल्लों वर्ल्ड कप नूं लैके क्रिकेटर्स नूं शुभकामनावां दित्तियां गईयां ने, इस दे नाल ही जिहड़ी इन्हां दी फेक ID बनी है फेसबुक ते उस नूं लैके दस्या जा रहा है कि जेकर तुहानूं अजिही ID तो कोई मैसेज या रिक्वेस्ट आंदा है तो उसनूं इग्नोर कीता जाए। कैमरामैन प्रकाश सिंह जस्सा दे नाल सुमन जेटली, डेली पोस्ट पंजाबी, लुधियाना। कैनेडा SDS प्रणाली के अंदर 1 साल की फीस, 1 साल की GIC IELTS विच 6 बैंड हुण लाजमी कर दिते गए हैं। सो जे तुसी सितंबर SDS स्कीम तहत अप्लाई करना चाहते हो अज ही कंटैक्ट करो 9253 9253।